ਖਜੂਰਾਂ ਖਰੀਦੋ ਵਾਪਸ ਆਉਣ ਲੱਗੇ ਹਨ। ਨਿਸ਼ਕ ਮਾਰਦੀ ਕੂਫੇ ਦੇ ਬਾਜ਼ਾਰ ਚ ਖਜੂਰਾਂ ਦੀ ਦੁਕਾਨ, ਖਜੂਰਾਂ ਪੈ ਵੇਚਣ ਤੇ ਮੌਲਾ ਅਲੀ ਆ ਗਏ। ਮੈਂ ਆਖਿਆ ਮੌਲਾ ਅਲੀ ਆ ਗਿਆ, ਜਿਹਦੇ ਘਰ ਪਰਾਉਣਾ ਆਵੇ ਖੁਸ਼ੀ ਉਹਨੂੰ ਹੁੰਦੀ ਹੈ, ਜਿੰਨੀ ਖੁਸ਼ੀ ਹੈ ਜੀ ਬੋਲੋ। ਮੈਂ ਆਖਿਆ ਮੌਲਾ ਅਲੀ ਆ ਗਿਆ, ਖੁਦਾ ਦੀ ਇੱਜ਼ਤ ਦੀ ਕਸਮ, ਚਾਂਦ ਤੇ ਮੌਲਾ ਅਲੀ ਆ ਸਕਦੇ ਨੇ। ਮੌਲਾ ਅਲੀ ਆ ਕੇ ਮਿਸ਼ਨ ਤਮਾਰ ਪਾਕ ਨੇ ਛੜਾਂਗ ਲਈ ਥੱਲੇ ਤੇ ਮੌਲਾ ਦੇ ਹੱਥ ਮੇਂ ਸ਼ੁਰੂ ਕੀਤੀ ਕਿਉਂਕਿ ਮਲਕ ਸੀ ਮੌਲਾ ਅਲੀ ਦਾ ਦੀਵਾਨਾ ਥਾ ਮੌਲਾ ਅਲੀ ਕਾ ਮੁਰੀਦ ਥਾ ਮੌਲਾ ਅਲੀ ਕਾ ਮਸਤਾਨਾ ਥਾ ਮੌਲਾ ਅਲੀ ਕਾ ਇਸ਼ਕ ਮਸਤੀ ਚ ਡੁੱਬਿਆ ਹੋ
ਕਿਹੜੀਆਂ ਖਜੂਰਾਂ ਵੇਚਣਾ। ਨਸੀਬ ਕੈਸੇ ਦੀਆ, ਕੈਸੇ ਨਸੀਬ ਜਿਹਦੇ ਘਰ ਦੀ ਚੱਕੀ ਚਲਾਉਣ ਹਜ਼ਰਤ ਜਬਰੀਲ ਆਵੇ, ਅੱਜ ਉਹ ਮੌਲਾ ਅਲੀ ਮਿਸ਼ਨ ਸਮਾਜ ਦੀਆਂ ਖਜੂਰਾਂ ਵੇਚ ਰਿਹਾ। ਉਹ ਰੋਟੀ ਖਾਣ ਚਲੇ ਗਏ ਤੇ ਇੱਕ ਮੁਕਤਾ ਆ ਗਿਆ। ਉਹਨੇ ਜਦੋਂ ਦੂਰੋਂ ਤੱਕਿਆ ਨਾ, ਉਹਨੇ ਕਿਹਾ ਲੈ ਬਈ ਅੱਜ ਤੇ ਗੱਲ ਬਣ ਗਈ। ਅੱਗੇ ਹਜ਼ਰਤ ਮਿਸ਼ਨ ਬੈਠੇ ਹੁੰਦੇ ਸਨ, ਖਜੂਰਾਂ ਮਿਲਦੀਆਂ ਸਨ ਥੋੜ੍ਹੀਆਂ, ਅੱਜ ਤੇ ਮੌਲਾ ਖੁਦ ਬੈਠੇ। ਇਹ ਜਿਹੜੇ ਮੰਗਤੇ ਹੁੰਦੇ ਨਾ ਮੰਗਤੇ, ਉਹ ਬੜੇ ਤਰੀਕੇ ਦੇ ਨਾਲ ਢੱਕ ਦੀਆਂ ਗੱਲਾਂ ਕਰਦੇ। ਆਣ ਕੇ ਕਹਿੰਦਾ ਜੇ ਸਲਾਮ ਅਲੈਕੁਮ ਵਾਲੇ ਸਨ, ਖਜੂਰਾਂ ਦੀ ਦੁਕਾਨ ਪਾ ਲਈ। ਫਰਮਾਇਆ ਨਹੀਂ ਮਿਸ਼ਨ ਤਾਂ ਮਾਰ ਦੀਏ ਤੇ ਤੁਸੀਂ ਵੀ ਕਰ ਰਹੇ ਹੋ। ਫਰਮਾਇਆ ਮੈਂ ਵੇਚ ਰਿਹਾ, ਅੱਛਾ ਮੈਨੂੰ ਵੀ ਵੇਚੋਗੇ? ਫਰਮਾਇਆ ਤੂੰ ਵੀ ਲੈ ਲੈ। ਕਹਿੰਦਾ ਮੈਨੂੰ ਥੋੜ੍ਹੀਆਂ ਨਹੀਂ ਚਾਹੀਦੀਆਂ ਮੇਰੀਆਂ, ਮੈਨੂੰ ਸਾਰੀਆਂ ਦਾ ਸੌਦਾ ਕਰ ਲਓ। ਫਰਮਾਇਆ ਸਾਰੀਆਂ ਲੈ ਲੈ। ਕਹਿੰਦਾ ਮੈਂ ਵੀ ਗੱਲ ਸੁਣ ਲਓ ਮੇਰੇ ਕੋਲ।